ਆ ਦੇਖੋ ਸਾਲੇ ਨਸ਼ੇ ਵਾਲਿਆਂ ਨੂੰ ਜਵਾਈਆਂ ਦੀ ਤਰ੍ਹਾਂ ਰੱਖਦੇ, ਤੇ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਦੇਖੋ ਕਿੰਨੇ ਜਣੇ ਲੈ ਕੇ ਜਾ ਰਹੇ ਆ। ਰਾਇਨਸੂਣਾ ਨੂੰ ਦੇਖ ਲਓ ਕਿੱਦਾਂ ਰੱਖਦੇ ਆ ਬਾਈ ਜੀ, ਇਹ ਦੇਖੋ ਸਰਕਾਰਾਂ ਦੀਆਂ ਕਰਤੂਤਾਂ ਸਾਲੀਆਂ। ਹਾਂਜੀ, ਸੋ NDPS ਦੇ ਤਹਿਤ 22, 23, 29 ਦਿਨ ਲਈ ਜੁਡੀਸ਼ੀਅਲ ਚ ਇਹਨਾਂ ਨੂੰ ਸੈਂਡ ਕਰ ਦਿੱਤਾ ਗਿਆ। 14 ਕਿ ਤੁਹਾਰਾ ਸ਼ਹਿਰ ਤੁਮ ਹੀ ਮਦਈ ਤੁਮ ਹੀ ਮੁਨਸਿਬ, ਯਕੀਨ ਹੈ ਕਿ ਕਸੂਰ ਹਮਾਰਾ ਹੀ ਨਿਕਲੇਗਾ। ਅਸੀਂ ਤੇ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ ਕੰਮ ਸਰਕਾਰ ਦਾ, ਕਿ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀਏ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸਾਜ਼ਿਸ਼ਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾ। ਸਤਿ ਸ਼੍ਰੀ ਅਕਾਲ ਦੋਸਤੋ, ਭਾਈ ਅੰਮ੍ਰਿਤਪਾਲ ਸਿੰਘ ਦੇ ਵੱਡੇ ਭਰਾ ਭਾਈ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਇੱਕ ਦਿਨ ਪਹਿਲਾਂ ਹੋਈ ਅਤੇ ਉਹਨਾਂ ਤੇ NDPS ਦਾ ਪਰਚਾ ਪਾਇਆ ਗਿਆ। 4 ਗ੍ਰਾਮ ਨਸ਼ੀਲਾ ਪਦਾਰਥ ਮਿਲਣ ਦੇ ਵਿੱਚ ਪੁਸ਼ਟੀ ਕਰ ਰਹੀ ਹੈ ਪੰਜਾਬ ਪੁਲਿਸ। ਪਰ ਇਸ ਮਾਮਲੇ ਦੇ ਵਿੱਚ ਜਿੱਥੇ ਗ੍ਰਿਫਤਾਰੀ ਦੀ ਵੀਡੀਓ ਸਾਹਮਣੇ ਆਈ ਹੈ, ਜੋ ਕਿ ਤੁਸੀਂ ਆਪਣੀ ਸਕਰੀਨ 'ਤੇ ਵੀ ਦੇਖ ਰਹੇ ਹੋ, ਕਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੇ ਸਿਰ 'ਤੇ ਕੋਈ ਪਰਨਾ ਕੋਈ ਦਮਾਲਾ ਵੀ ਨਹੀਂ ਹੈ, ਉਹਨਾਂ ਨੂੰ ਨੰਗੇ ਸਿਰ ਲਿਜਾਇਆ ਜਾ ਰਿਹਾ ਮਾਣਯੋਗ ਅਦਾਲਤ ਦੇ ਵਿੱਚ ਗ੍ਰਿਫਤਾਰੀ ਤੋਂ ਬਾਅਦ। ਅਤੇ ਉੱਥੇ ਹੀ ਇਸ ਮਾਮਲੇ ਦੇ ਵਿੱਚ ਕੁਝ ਅਜਿਹੇ ਤੱਥ ਸਾਹਮਣੇ ਆਏ ਨੇ ਜੋ ਇਸ ਸਾਰੇ ਮਾਮਲੇ ਨੂੰ ਸ਼ੱਕੀ ਬਣਾਉਂਦੇ ਨੇ। ਸਭ ਤੋਂ ਪਹਿਲਾਂ ਤਾਂ ਡੋਪ ਟੈਸਟ ਦੀ ਜੋ ਪੁਸ਼ਟੀ ਪੰਜਾਬ ਪੁਲਿਸ ਦੁਆਰਾ ਕੀਤੀ ਗਈ ਹੈ, ਉਸ 'ਤੇ ਹੀ ਜੋ ਇਸ ਮਾਮਲੇ ਦੇ ਵਿੱਚ ਜਾਣਕਾਰ ਨੇ ਉਹਨਾਂ ਦਾ ਕਹਿਣਾ ਹੈ ਕਿ ਡੋਪ ਟੈਸਟ ਦੀ ਪੱਕੀ ਰਿਪੋਰਟ ਤਾਂ 3 ਤੋਂ 4 ਦਿਨ ਦੇ ਵਿੱਚ ਆਉਂਦੀ ਹੈ, ਫਿਰ ਇੰਨੀ ਛੇਤੀ ਪੰਜਾਬ ਪੁਲਿਸ ਨੇ ਡੋਪ ਟੈਸਟ ਕਰਕੇ ਕਿਵੇਂ ਇਹ ਰਿਪੋਰਟ ਜਨਤਕ ਕੀਤੀ ਹੈ। ਅਤੇ ਦੂਜੇ ਪਾਸੇ ਕਿਹਾ ਗਿਆ ਕਿ ਜੋ ਨਵੇਂ ਲਾਅ ਹਨ ਉਹ ਪੰਜਾਬ ਦੇ ਵਿੱਚ ਵੀ ਲਾਗੂ ਹੋ ਚੁੱਕੇ ਨੇ, ਨਵੇਂ ਕਾਨੂੰਨ ਪੰਜਾਬ ਦੇ ਵਿੱਚ ਵੀ ਲਾਗੂ ਹੋ ਚੁੱਕੇ ਨੇ, ਜਿਸ ਦੇ ਤਹਿਤ ਗ੍ਰਿਫਤਾਰੀ ਮੌਕੇ ਜੋ ਮੁਲਜ਼ਮ ਹੈ ਉਸ ਦੀ ਵੀਡੀਓਗ੍ਰਾਫੀ ਕਰਨੀ ਜ਼ਰੂਰੀ ਹੁੰਦੀ ਹੈ। ਪਰ ਪੰਜਾਬ ਪੁਲਿਸ ਇਸ ਮੌਕੇ ਪਹਿਲਾਂ ਹਾਲਾਂਕਿ ਪ੍ਰੈਸ ਕਾਨਫਰੰਸ ਦੇ ਵਿੱਚ ਦਾਅਵੇ ਕਰ ਰਹੀ ਸੀ ਕਿ ਉਹਨਾਂ ਕੋਲ ਇੱਕ ਵੀਡੀਓ ਵੀ ਹੈ ਗ੍ਰਿਫਤਾਰੀ ਮੌਕੇ ਦੀ, ਪਰ ਜਦੋਂ ਮਾਣਯੋਗ ਅਦਾਲਤ ਦੇ ਵਿੱਚ ਪੰਜਾਬ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀ ਦਾ ਰਿਮਾਂਡ ਮੰਗਿਆ, ਤਾਂ ਉੱਥੇ ਪੰਜਾਬ ਪੁਲਿਸ ਕੋਲ ਕੋਈ ਵੀ ਮੌਕੇ ਦੀ ਵੀਡੀਓ ਨਹੀਂ ਸੀ, ਜੋ ਕਿ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਪੈਦਾ ਕਰਦੀ ਹੈ। ਅਤੇ ਉਸ ਤੋਂ ਅੱਗੇ 4 ਗ੍ਰਾਮ ਤੱਕ ਜੋ ਨਸ਼ੀਲਾ ਪਦਾਰਥ ਮਿਲਣ ਦੀ ਗੱਲ ਕਹੀ ਜਾ ਰਹੀ ਹੈ, ਉਸ ਦੇ ਬਾਰੇ ਵੀ ਵਕੀਲ ਸਾਹਿਬ ਦੱਸਦੇ ਹਨ ਕਿ ਇੰਨਾ ਜੋ ਨਸ਼ਾ ਹੈ ਉਹ ਕ੍ਰਿਮੀਨਲ ਐਕਟ ਦੇ ਵਿੱਚ ਨਹੀਂ ਆਉਂਦਾ, ਇਹ ਸਿਰਫ ਕਹਿ ਸਕਦੇ ਹਾਂ ਕਿ ਨਸ਼ੇ ਦਾ ਸੇਵਨ ਕਰਨ ਵਾਲੇ ਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ। ਅਤੇ ਜੇਕਰ ਪੰਜਾਬ ਪੁਲਿਸ ਦੀ ਮੰਨੀਏ ਤਾਂ ਜੇਕਰ 4 ਗ੍ਰਾਮ ਨਸ਼ਾ ਮਿਲਿਆ ਹੀ ਹੈ ਤਾਂ SSP ਰੈਂਕ ਦੇ ਅਧਿਕਾਰੀ ਨੂੰ ਪ੍ਰੈਸ ਕਾਨਫਰੰਸ ਕਰਨ ਦੀ ਕੀ ਜ਼ਰੂਰਤ ਪੈ ਗਈ, ਇਹ ਵੀ ਇੱਕ ਵੱਡਾ ਸਵਾਲ ਹੈ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹ ਕਹਿ ਰਹੇ ਸਨ ਕਿ ਉਹਨਾਂ ਨੂੰ ਨਹੀਂ ਪਤਾ ਕਿ ਹਰਪ੍ਰੀਤ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਦਾ ਭਰਾ ਹੈ। ਇਹ ਵੀ ਆਪਣੇ ਆਪ ਦੇ ਵਿੱਚ ਕੁਝ ਵੱਡੇ ਸਵਾਲ ਹਨ ਜਿਹੜੇ ਕਿ ਇਸ ਮਾਮਲੇ ਤੇ ਖੜੇ ਹੋ ਰਹੇ ਨੇ। ਪੰਜਾਬ ਪੁਲਿਸ ਇਹਨਾਂ ਸਵਾਲਾਂ ਦਾ ਜਵਾਬ ਦਿੰਦੀ ਹੈ ਜਾਂ ਫਿਰ ਜਵਾਬ ਨਹੀਂ ਦਿੰਦੀ, ਇਹ ਵੀ ਆਪਣੇ ਆਪ ਦੇ ਵਿੱਚ ਦੇਖਣ ਵਾਲੀ ਗੱਲ ਹੋਵੇਗੀ। ਉੱਥੇ ਹੀ ਲੱਖਾ ਹਰਦਾਣਾ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਭਾਈ ਹਰਪ੍ਰੀਤ ਸਿੰਘ ਦੀ ਸਪੋਰਟ ਦੇ ਵਿੱਚ ਆਏ ਨੇ, ਉਸ ਵੀਡੀਓ ਵੱਲ ਵੀ ਤੁਹਾਨੂੰ ਲੈ ਚੱਲਦੇ ਹਾਂ, ਕਿਉਂਕਿ ਲੋਕਾਂ ਦੇ ਇਹ ਵੀ ਸਵਾਲ ਨੇ ਕਿ ਜਦੋਂ ਭਾਨਾ ਸਿੱਧੂ ਤੇ ਚੈਨੀ ਚੋਰੀ ਦਾ ਅਤੇ ਲੱਖਾ ਹਰਦਾਣਾ ਤੇ ਚਿੱਟੇ ਦਾ ਪਰਚਾ ਪੈ ਸਕਦਾ ਹੈ, ਤਾਂ ਇਹ ਪਰਚਾ ਵੀ ਆਪਣੇ ਆਪ ਦੇ ਵਿੱਚ ਸਵਾਲਾਂ ਦੇ ਘੇਰੇ ਦੇ ਵਿੱਚ ਆ ਰਿਹਾ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ, ਕੀ ਤੁਹਾਨੂੰ ਲੱਗਦਾ ਹੈ ਕਿ ਇਹ ਪਰਚਾ ਸਹੀ ਹੈ ਜਾਂ ਗਲਤ ਹੈ, ਅਤੇ ਪੰਜਾਬ ਦੀ ਆਵਾਮ ਇਸ ਬਾਰੇ ਕੀ ਸੋਚਦੀ ਹੈ, ਜ਼ਰੂਰ ਕਮੈਂਟ ਕਰਨਾ। ਹਾਲਾਂਕਿ ਜੋ ਫੈਸਲਾ ਮਾਣਯੋਗ ਅਦਾਲਤਾਂ ਨੇ ਕਾਨੂੰਨ ਨੇ ਕਰਨਾ ਹੈ, ਅਤੇ ਉੱਥੇ ਹੀ ਲੱਖਾ ਹਰਦਾਣਾ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਹੱਕ ਦੇ ਵਿੱਚ
ਸਾਹਮਣੇ ਆਏ ਨੇ। ਪਹਿਲਾਂ ਤੁਸੀਂ ਦੇਖੋ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਵਕੀਲ ਇਮਾਨ ਸਿੰਘ ਖਾਰਾ ਨੇ ਇਸ ਮਾਮਲੇ 'ਤੇ ਕੀ ਖੁਲਾਸੇ ਕੀਤੇ ਨੇ, ਨਾਲ ਦੀ ਨਾਲ ਤੁਹਾਨੂੰ ਲੈ ਚੱਲਾਂਗੇ। ਲੱਖਾ ਸਧਾਣਾ ਇਸ ਮਾਮਲੇ 'ਤੇ ਕੀ ਬੋਲੇ ਨੇ, ਦੋਨੋਂ ਹੀ ਵੀਡੀਓਜ਼ ਕਾਫੀ ਖਾਸ ਨੇ, ਸੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਅਤੇ ਲਾਈਕ ਕਰਕੇ ਸ਼ੇਅਰ ਵੀ ਕਰ ਦੇਣਾ ਅਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਡ੍ਰੌਪ ਕਰਨਾ ਨਾ ਭੁੱਲਣਾ ਅਤੇ ਹੋਰ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਬਣੇ ਰਹਿਣਾ ਅਨਲਿਮਿਟਡ ਗਿਆਨ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਮੈਂਬਰ ਆਫ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਦੇ ਜੋ ਬ੍ਰਦਰ ਨੇ ਭਾਈ ਹਰਪ੍ਰੀਤ ਸਿੰਘ, ਉਹਨਾਂ ਉੱਪਰ ਜੋ ਇੱਕ ਮੈਂ ਕਹੂੰਗਾ ਨਸ਼ੇ ਦਾ ਝੂਠਾ ਪਰਚਾ ਪਾਇਆ, 2-4 ਗ੍ਰਾਮ ਕੋਈ ਨਸ਼ੀਲਾ ਪਦਾਰਥ ਹੈ ਉਸਦਾ ਜੋ ਪਰਚਾ ਪਾਇਆ, ਉਸਨੂੰ ਦੇਖ ਕੇ ਮੈਨੂੰ ਇੱਕ ਉਰਦੂ ਦਾ ਸ਼ੇਰ ਯਾਦ ਆ ਰਿਹਾ ਹੈ ਕਿ ਤੁਹਾਰਾ ਸ਼ਹਿਰ ਤੁਮ ਹੀ ਮਦਈ ਤੁਮ ਹੀ ਮੁਨਸਿਬ, ਯਕੀਨ ਹੈ ਕਿ ਕਸੂਰ ਹਮਾਰਾ ਹੀ ਨਿਕਲੇਗਾ। ਵੀ ਕਿਵੇਂ ਜੋ ਸਾਰਾ ਪੁਲਿਸ ਦਾ ਜੋ ਤੰਤਰ ਹੈ, ਜੋ ਮਸ਼ੀਨਰੀ ਹੈ, ਉਸਦਾ ਜੋ ਇਸਤੇਮਾਲ ਕਰਦਿਆਂ ਹੋਇਆਂ ਜੋ ਸੱਤਾਧਾਰੀ ਧਿਰ ਹੈ ਆਮ ਆਦਮੀ ਪਾਰਟੀ ਦੀ, ਉਸਨੇ ਸਿਆਸੀ ਬਦਲਾਖੋਰੀ ਦੀ ਨੀਤੀ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਖੜੀ ਹੋਣ ਜਾਰੀ ਪੰਥਕ ਅਤੇ ਖੇਤਰੀ ਸਿਆਸਤ ਨੂੰ ਢਾਹ ਲਾਉਣ ਦੀ ਨੀਅਤ ਦੇ ਨਾਲ ਮੈਂ ਕਹੂੰਗਾ ਇਹ ਜੋ ਝੂਠਾ ਪਰਚਾ 2-4 ਗ੍ਰਾਮ ਦਾ ਉਹਨਾਂ ਦੇ ਜਿਹੜੇ ਬ੍ਰਦਰ ਨੇ ਭਾਈ ਹਰਪ੍ਰੀਤ ਸਿੰਘ ਉੱਪਰ ਪਾਇਆ, ਇੱਕ ਬੜੀ ਦੇਖਣ ਵਾਲੀ ਗੱਲ ਹੈ। ਇੱਕ ਜ਼ਿਲ੍ਹੇ ਦਾ ਜਿਹੜਾ SSP ਹੈ ਉਹ ਜੋ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ, 2-4 ਗ੍ਰਾਮ ਨਸ਼ੀਲੇ ਪਦਾਰਥ ਦੀ ਮੈਂ ਕਹੂੰਗਾ ਰਿਕਵਰੀ ਦੇ ਵਿੱਚ, ਜੇ ਇਸ ਤਰੀਕੇ ਦੇ ਨਾਲ ਹੀ 2-4 ਗ੍ਰਾਮ ਦੀਆਂ ਰਿਕਵਰੀਆਂ ਦੇ ਵਿੱਚ ਹੀ ਜਿਹੜੇ ਜ਼ਿਲ੍ਹੇ ਦੇ SSP ਜੇ ਪ੍ਰੈਸ ਕਾਨਫਰੰਸ ਕਰਨ ਲੱਗ ਪਏ ਤਾਂ ਮੈਨੂੰ ਲੱਗਦਾ ਹੈ ਜਿਹੜੀ ਪੁਲਿਸ ਹੈ ਉਹ ਥਾਣਿਆਂ ਦੇ ਵਿੱਚ ਘੱਟ ਹੋਵੇਗੀ ਅਤੇ ਸ਼ਾਮ ਨੂੰ ਫੇਸਬੁੱਕ ਉੱਪਰ ਜੋ ਔਨਲਾਈਨ ਹੈ ਉਹ ਜ਼ਿਆਦਾ ਹੋਵੇਗੀ। ਤਾਂ ਇੱਥੋਂ ਇੱਕ ਸਿੱਧ ਹੋ ਰਿਹਾ ਵੀ ਕਿਵੇਂ ਜਿਹੜੇ ਪੁਲਿਸ ਦੇ ਹਾਇਰ ਅਫੀਸ਼ੀਅਲਸ ਵੀ ਇਸ ਝੂਠਾ ਪਰਚਾ ਪਾਉਣ ਦੇ ਵਿੱਚ ਜੋ ਨਾਲ ਨੇ ਹੈਂਡ ਇਨ ਗਲਵਸ ਨੇ। ਦੇਖੋ ਇੱਕ ਨੈਸ਼ਨਲ ਹਾਈਵੇ ਦੇ ਉੱਪਰ ਪਰਚੇ ਵਿੱਚ ਦਿਖਾ ਦਿੱਤਾ ਵੀ ਗੱਡੀ ਖੜੀ ਹੋਈ ਸੀ, ਜੋ 4-lane ਰੋਡ ਹੈ ਉਸ ਦੇ ਉੱਪਰ ਮੈਂ ਤਾਂ ਨਹੀਂ ਕਦੇ ਦੇਖਿਆ ਵੀ ਪੁਲਿਸ ਕੋਈ ਚੈਕਿੰਗ ਕਰ ਰਹੀ ਹੋਵੇ ਖੜੀਆਂ ਗੱਡੀਆਂ ਦੀ, ਜਾਂ ਕੋਈ ਗੱਡੀ ਖੜੀ ਹੋਵੇ ਕੋਈ ਨਸ਼ੇ ਦਾ ਕੋਈ ਇਸਤੇਮਾਲ ਹੋ ਰਿਹਾ ਹੋਵੇ। ਤਾਂ ਇਹ ਸਾਰਾ ਪਰਚਾ ਦੱਸਦਾ ਹੈ ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਸਾਥੀਆਂ ਦੇ ਉੱਪਰ ਪਿਛਲੇ ਸਾਲ ਜੋ ਮੈਂ ਕਹੂੰਗਾ 16 ਫਰਵਰੀ 2023 ਨੂੰ ਇੱਕ ਉਹ ਵਰਿੰਦਰ ਸਿੰਘ ਮੁੰਡੇ ਵਾਲਾ ਜੋ ਝੂਠਾ ਪਰਚਾ ਪਾਇਆ ਸੀ ਵੀ ਉਸ ਤੋਂ 2,000 ਰੁਪਏ ਦੀ ਲੁੱਟ ਖੋਹ ਕਰ ਲਈ। ਇਸ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਨੂੰ ਟਾਰਗੇਟ ਕਰਨ ਦੇ ਲਈ ਉਹਨਾਂ ਦੇ ਮਾਤਾ ਜੀ ਮਾਤਾ ਬਲਵਿੰਦਰ ਕੌਰ ਅਤੇ ਉਹਨਾਂ ਦੇ ਜਿਹੜੇ ਚਾਚਾ ਜੀ ਨੇ ਉਹਨਾਂ ਦੇ ਜਿਹੜੇ ਭੂਆ ਜੀ ਨੇ ਉਹਨਾਂ ਨੂੰ ਜੋ ਗ੍ਰਿਫਤਾਰ ਕਰਕੇ 57 ਦੇ ਵਿੱਚ ਜਦੋਂ ਕਿ ਸ਼ਾਮਾਂ ਨੂੰ ਜ਼ਮਾਨਤ ਹੋ ਜਾਂਦੀ ਹੁੰਦੀ ਹੈ 1 ਹਫ਼ਤਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। ਤਾਂ ਮੈਂ ਕਹੂੰਗਾ ਜਿਹੜਾ ਇਸ ਸਮੇਂ ਪੰਜਾਬ ਦਾ ਹਾਕਮ ਹੈ ਉਹ ਇਸ ਪਰਿਵਾਰ ਦੇ ਨਾਲ ਇੱਕ ਤਰੀਕੇ ਨਾਲ ਨਿੱਜੀ ਕਿੜ ਕੱਢਣ ਦੇ ਉੱਪਰ ਉਹ ਆ ਚੁੱਕਿਆ ਹੈ ਵੀ ਕੁਛ ਵੀ ਉਹ ਸਾਰਾ ਤੰਤਰ ਮੰਤਰ ਜੰਤਰ ਲਾ ਕੇ ਵੀ ਕਿਵੇਂ ਇੱਕ ਪਰਿਵਾਰ ਨੂੰ ਇੱਕ ਨੌਜਵਾਨ ਨੂੰ ਜੋ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਅੱਗੇ ਵਧਣ ਤੋਂ ਰੋਕਣਾ। ਪਰ ਸਿੱਖ ਕੌਮ ਨਾਲ ਇਹ ਪਹਿਲਾਂ ਨਹੀਂ ਵੀ ਕੋਈ ਇਹੋ ਜਿਹੀ ਚੀਜ਼ ਹੋਈ ਹੈ। ਪਹਿਲਾਂ ਵੀ ਸਾਡਾ 2.5 ਲੱਖ ਮੁੰਡਾ ਜੋ ਨੌਜਵਾਨ ਹੈ ਉਹਨਾਂ ਨੇ ਫੇਕ ਇਨਕਾਊਂਟਰਾਂ ਦੇ ਵਿੱਚ ਖਪਤ ਕਰ ਦਿੱਤਾ, ਫਿਰ ਕਿੰਨਿਆਂ ਦੇ ਗੈਂਗਸਟਰਾਂ ਕਹਿ ਕੇ ਕਿੰਨਿਆਂ ਨੂੰ ਅਜੋਕੇ ਸਮੇਂ ਦੇ ਵਿੱਚ ਇਹ ਜੋ ਮਾਰ ਰਹੇ, ਉਸ ਤੋਂ ਬਾਅਦ ਕਿੰਨਿਆਂ ਦੇ ਉੱਪਰ ਜੋ ਮੈਂ ਕਹੂੰਗਾ ਝੂਠੇ ਪਰਚੇ ਦਰਜ ਕਰਕੇ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ ਉਹ ਹਲੇ ਜੇਲ੍ਹਾਂ ਦੇ ਵਿੱਚ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 40 ਨੌਜਵਾਨ ਨੇ 10 ਦਿਬੜੂਗੜ੍ਹ 'ਚ ਨੇ, 30 ਅੰਮ੍ਰਿਤਸਰ ਜੇਲ੍ਹ 'ਚ ਨੇ, ਹਾਲਾਂਕਿ ਕਿਸੇ ਨੂੰ ਕੋਈ ਡਾਂਗ ਛੋਟੀ ਤੱਕ ਨਹੀਂ ਮਾਰੀ ਤਾਂ ਵੀ ਉਹ ਅੰਦਰ ਬੈਠੇ। ਤਾਂ ਮੈਂ ਕਹੂੰਗਾ ਆਪਾਂ ਪੰਜਾਬ ਵਾਸੀਆਂ ਨੇ
ਇਹਨਾਂ ਕੁਝੀਆਂ ਚਾਲਾਂ ਤੋਂ ਸੁਚੇਤ ਰਹਿਣਾ, ਤਾਂ ਕਿ ਅਦਾਲਤ ਦੇ ਵਿੱਚ ਹੀ ਜੋ ਭਾਈ ਹਰਪ੍ਰੀਤ ਸਿੰਘ ਦੀ ਜਿਹੜੀ ਪੈਰਵੀ ਹੈ ਉਹ ਜੋ ਸ਼ੁਰੂ ਕਰ ਦੇਵਾਂਗੇ, ਅਤੇ ਬੜੀ ਛੇਤੀ ਉਹ ਕਾਨੂੰਨੀ ਤਰੀਕੇ ਦੇ ਨਾਲ ਜੋ ਬਾਹਰ ਵੀ ਆਉਣਗੇ ਅਤੇ ਬਾਇਜ਼ਤ ਬਰੀ ਵੀ ਹੋਣਗੇ, ਅਤੇ ਆਪਾਂ ਇਹਨਾਂ ਕਿਸੇ ਵੀ ਅਫਵਾਹਾਂ ਦੇ ਵਿੱਚ ਜਾਂ ਕਿਸੇ ਹੋਰ ਭੁਲੇਖਿਆਂ ਦੇ ਵਿੱਚ ਨਹੀਂ ਆਉਣਾ ਅਤੇ ਸੁਚੇਤ ਰਹਿਣਾ। ਇੰਨੀਆਂ ਕੁ ਮੇਰੀਆਂ ਸਾਰਿਆਂ ਨੂੰ ਜੋ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਆਪਾਂ ਦੁਬਾਰੇ ਤੁਹਾਡੇ ਰੂਬਰੂ ਹੋਏ ਹਾਂ, ਕਿਉਂਕਿ ਆਪਣਾ ਖੜ ਗਿਆ ਸੀ ਆ ਚੱਲਦਾ ਚੱਲਦਾ ਕੰਮ ਜਾ। ਸੋ ਆਪਾਂ ਗੱਲ ਕਰ ਰਹੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਅੱਜ ਜਿਹੜੀ ਗ੍ਰਿਫਤਾਰੀ ਹੋਈ ਆ, ਸਵੇਰ ਤੋਂ ਲੈ ਕੇ ਜਿਹੜਾ ਸਾਰਾ ਡਰਾਮਾ ਇੱਕ ਸਾਜਿਸ਼ ਰਚੀ ਗਈ, ਇੱਕ ਪੂਰੇ ਪਲੈਨ ਤਰੀਕੇ ਦੇ ਨਾਲ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਭਰਾ ਉਹਦੇ ਕੋਲੋਂ ਕਹਿੰਦੇ 4 ਗ੍ਰਾਮ ਆਈਸ ਕੋਈ ਨਸ਼ਾ ਹੁੰਦਾ ਚਿੱਟੇ ਵਰਗਾ, ਉਹ ਫੜ ਲਿਆ ਜੀ। ਕਹਿੰਦੇ ਜੀ ਉਹ ਲੁਧਿਆਣਿਓਂ ਲੈ ਕੇ ਆ ਰਿਹਾ ਸੀਗਾ, 10,000 ਰੁਪਇਆ ਉਹਦੇ ਖਾਤੇ 'ਚ ਪਾਇਆ ਜੀ ਇਹਨਾਂ ਨੇ, ਅਤੇ ਰਾਹ 'ਚ ਆ ਕੇ ਫਲੋਰ ਕਹਿੰਦੇ ਜੀ ਪੀਣ ਲੱਗ ਗਏ, ਅਤੇ ਕੋਲੋਂ ਕੰਡਾ ਮਿਲਿਆ ਛੋਟਾ ਜਿਹਾ ਕੰਡਾ, ਵੀ ਉਹ ਕੰਡੇ ਨਾਲ ਜੋਕ ਕੇ ਪੀਂਦੇ ਹੋਣੇ ਆ 4 ਗ੍ਰਾਮ। ਜਦੋਂ ਕੋਈ ਇੱਕ ਮੀਡੀਆ ਕੋਈ ਪੱਤਰਕਾਰ ਸਵਾਲ ਕਰਦਾ SSP ਨੂੰ, ਉਹ ਕਹਿੰਦਾ ਜੀ ਵੀ ਇਹ ਅੰਮ੍ਰਿਤਪਾਲ ਸਿੰਘ ਨਾਲ ਕੀ ਸੰਬੰਧ ਨੇ ਇਹਦੇ, ਉਹਨਾਂ ਨਾਲ ਕੀ ਰਿਸ਼ਤਾ, ਕਹਿੰਦਾ ਜੀ ਇਹ ਤਾਂ ਹਲੇ ਪਤਾ ਨਹੀਂ। ਵੀ ਸਵੇਰ ਦੀਆਂ ਖਬਰਾਂ ਚੱਲੀਆਂ ਹੋਈਆਂ, ਰਾਤ ਦਾ ਬੰਦਾ ਤੁਹਾਡੇ ਕੋਲੇ ਆ, ਤੁਸੀਂ ਰਾਤ ਦੀ ਪੁੱਛਗਿੱਛ ਇਹ ਤਾਂ ਪਤਾ ਕਰ ਲਿਆ ਵੀ ਇਹ ਕਿੱਥੋਂ ਲੈ ਕੇ ਆਏ ਆ, ਕਿੰਨੇ ਪੈਸੇ ਦਿੱਤੇ ਆ, ਤੇ ਇਹ ਨਹੀਂ ਪੁੱਛਿਆ ਵੀ ਤੇਰਾ ਪਿੰਡ ਕਿਹੜਾ, ਤੇਰੇ ਪਿਓ ਦਾ ਕੀ ਨਾਂ, ਤੇਰਾ ਭਰਾ ਕੌਣ, ਤੇ ਅੰਮ੍ਰਿਤਪਾਲ ਦੇ ਭਰਾ ਬਾਰੇ ਕੋਈ ਕਿਸੇ ਨੂੰ ਨਾ ਜਾਣਕਾਰੀ ਹੋਵੇ ਕਿਸੇ ਪੁਲਿਸ ਨੂੰ, ਤਾਂ ਇਹ ਹੋ ਨਹੀਂ ਸਕਦਾ, ਕਿਉਂਕਿ ਉਹਦੇ ਸਾਰੇ ਪਰਿਵਾਰ ਨੂੰ, ਉਹਦੀ ਮਾਤਾ ਨੂੰ, ਬਾਪੂ ਨੂੰ, ਭਰਾ ਨੂੰ, ਚਾਚਿਆਂ ਨੂੰ, ਤਾਇਆਂ ਨੂੰ, ਭੂਆ ਮਾਸੀਆਂ ਸਾਰਿਆਂ ਨੂੰ ਪੁਲਿਸ ਜਾਣਦੀ ਹੈ, ਕਿਉਂਕਿ ਸਾਰਿਆਂ ਦੀ ਜਿਹੜੀ ਲਗਾਤਾਰ ਪੁਲਿਸ CA ਸਟਾਫਾਂ 'ਚ ਬੁਲਾ ਕੇ, ਦਫ਼ਤਰਾਂ 'ਚ ਬੁਲਾ ਕੇ, ਥਾਣਿਆਂ 'ਚ ਬੁਲਾ ਕੇ ਉਹਦੀ ਪੁੱਛਗਿੱਛ, ਨਾਲੇ ਉਹ ਕੋਈ ਲੁਕਿਆ ਛਿਪਿਆ ਚਿਹਰਾ ਤਾਂ ਨਹੀਂ ਸੀ, ਉਸ ਚਿਹਰੇ ਨੂੰ ਵੀ ਲੋਕ ਜਾਣਦੇ ਸੀ ਵੀ ਇਹ ਹਰਪ੍ਰੀਤ ਸਿੰਘ ਹੈ। ਜੇ ਲੋਕ ਜਾਣਦੇ ਸੀਗੇ ਵੀ ਇਹ ਭਾਈ ਅੰਮ੍ਰਿਤਪਾਲ ਸਿੰਘ ਦਾ ਭਰਾ, ਤੇ ਪੁਲਿਸ ਤਾਂ ਪਹਿਲਾਂ ਜਾਣਦੀ ਸੀ। ਸਵਾਲ ਖੜਾ ਹੁੰਦਾ, ਪੁਲਿਸ ਕਹਿ ਰਹੀ ਆ ਪਹਿਲੀ ਗੱਲ 4 ਗ੍ਰਾਮ, 4 ਗ੍ਰਾਮ ਕਿੰਨਾ ਕੁ ਹੁੰਦਾ, ਬਹੁਤ ਥੋੜ੍ਹਾ ਜਿਹਾ ਹੁੰਦਾ 4 ਗ੍ਰਾਮ ਆ ਚਿੱਟੇ ਵਾਲੇ। ਮੈਂ ਕਈ ਵਾਰੀ ਮੁੰਡਿਆਂ ਮਾਂਡਿਆਂ ਨੂੰ ਪੁੱਛਦਾ, ਮੈਂ ਕਿੰਨਾ ਖਬੀਬ ਕੀ ਹਿਸਾਬ ਕਿਤਾਬ ਹੈ, ਕਹਿੰਦੇ ਬਾਈ ਕਈ ਤਾਂ ਬਾਹਲੇ ਐਡੇ ਤਕੜੇ ਨਸ਼ੇੜੀ ਹੈ, 3-4 ਗ੍ਰਾਮ ਤਾਂ ਇੱਕ ਬੰਦੇ ਹੀ ਪੀ ਜਾਂਦਾ ਇੱਕ ਦਿਨ 'ਚ, 1-4 ਗ੍ਰਾਮ ਦੇ ਉੱਤੇ ਰਿਕਵਰੀ ਦੇ ਉੱਤੇ ਇੱਕ SSP ਆ ਕੇ ਪ੍ਰੈਸ ਕਾਨਫਰੰਸ ਕਰਦਾ ਹੈ। ਗੋਦੀ ਮੀਡੀਆ ਲਗਾਤਾਰ ਇਹ ਬਰਤਾਂਤ ਸਿਰਜਦਾ ਕਿ ਦੇਖੋ ਜੀ ਭਾਈ ਅੰਮ੍ਰਿਤਪਾਲ ਸਿੰਘ ਦਾ ਭਰਾ ਕੋਲੋਂ ਇੱਕ ਆਈਸ ਫੜੀ ਗਈ ਹੈ, ਇਹਦੇ ਕੋਲ ਬਹੁਤ ਵੱਡੇ ਖੁਲਾਸੇ ਹੋ ਰਹੇ ਨੇ। ਮੈਨੂੰ ਲੱਗਦਾ ਇੱਥੇ 20 ਗ੍ਰਾਮ ਵੀ ਕਿਸੇ ਕੋਲੋਂ ਫੜਿਆ ਜਾਵੇ ਨਾ, 20 ਗ੍ਰਾਮ ਵੀ ਤਾਂ ਵੀ ਕੋਈ ਹੌਲਦਾਰ ਕਿਸੇ ਥਾਣੇ ਦਾ ਜਾਂ CA ਸਟਾਫ ਦਾ ਆ ਕੇ ਫੋਟੋ ਨਹੀਂ ਲਵਾਉਂਦਾ ਵੀ ਇਹ ਤਾਂ ਥੋੜ੍ਹੀ ਮੋਟੀ ਰਿਕਵਰੀ ਹੈ ਅਤੇ ਕੀ ਆਪਾਂ ਫੋਟੋ ਲਵਾਉਣੀ ਹੈ, ਅਤੇ ਉਹਦੇ ਉੱਤੇ ਪ੍ਰੈਸ ਕਾਨਫਰੰਸ ਕਰਨੀ, ਬਿਆਨ ਦੇਣਾ ਤਾਂ ਬਹੁਤ ਦੂਰ ਦੀ ਗੱਲ। ਅਗਲਾ ਸਵਾਲ,
ਪੁਲਿਸ ਵਾਲੇ ਕਹਿੰਦੇ ਜੀ ਇਹ ਤਾਂ ਜੀ ਇਹਦੇ ਇਹਦੇ ਪੋਜ਼ਿਟਿਵ ਆ ਗਿਆ ਜੀ, ਇਹਦੇ ਇਹਦੀ ਮੈਡੀਕਲ ਰਿਪੋਰਟ ਹੋਈ ਆ, ਉਹ 'ਚ ਇਹਦੇ ਜਿਹੜੇ ਪਿਸ਼ਾਬ 'ਚ ਇਹ ਨਸ਼ਾ ਆਇਆ। ਉਹ ਭਾਈ ਰਾਤ ਦਾ ਬੰਦਾ ਤੁਹਾਡੇ ਕੋਲ ਆ, ਜੋ ਮਰਜ਼ੀ ਕਰ ਦਿਓ, ਚਾਹੇ ਟੀਕਾ ਨਸ਼ੇ ਦਾ ਲਾ ਦਿਓ, ਚਾਹੇ ਮੂੰਹ ਰਾਹੀਂ ਪਿਆ ਦਿਓ, ਚਾਹੇ ਕਿਸੇ ਦਾ ਪਿਸ਼ਾਬ ਤੁਸੀਂ ਲਿਜਾ ਕੇ ਉੱਥੇ ਟੈਸਟ ਕਰਾ ਦਿਓ ਵੀ ਭਾਈ ਆਹ ਦੇਖੋ ਕਿਸੇ ਨੇ ਸਟੱਡੀ ਦਾ ਪਿਸ਼ਾਬ ਲਿਆ ਅਤੇ ਟੈਸਟ ਕਰਾਇਆ ਵੀ ਇਹ 'ਚ ਦਾ ਨਸ਼ਾ ਆ ਗਿਆ। ਕਾਨੂੰਨ ਤੁਹਾਡੇ ਕੋਲ ਆ, ਡੰਡਾ ਤੁਹਾਡੇ ਕੋਲ ਆ, ਬੰਦਾ ਤੁਹਾਡੇ ਕੋਲ ਆ, ਤੰਤਰ ਤੁਹਾਡੇ ਕੋਲ ਆ ਭਾਈ, ਤਕੜੇ ਦਾ ਐਵੇਂ ਥੋੜ੍ਹੀ ਕਹਿੰਦੇ ਵੀ ਸੱਤੀ ਵੀ ਸੌ ਹੈ, ਜੋ ਮਰਜ਼ੀ ਕਰ ਦਿਓ। ਨਾਲੇ ਪੁਲਿਸ ਦੀਆਂ ਕਹਾਣੀਆਂ ਥੋੜ੍ਹੀ ਕਿਸੇ ਤੋਂ ਬੁੱਝੀਆਂ ਨੇ, ਇਹ ਕੋਈ ਨਵੀਂ ਤਾਂ ਕਹਾਣੀ ਨਹੀਂ, ਪੁਲਿਸ ਨੇ ਕਹਾਣੀ ਘੜ ਲਈ ਜਾਂ ਸਰਕਾਰਾਂ ਨੇ ਕਹਾਣੀਆਂ ਘੜ ਲਈਆਂ। ਇਹ ਤਾਂ 12-12, 15-15 ਸਾਲ ਦੇ ਮੁੰਡਿਆਂ ਨੂੰ ਚੱਕ ਕੇ ਮੁਕਾਬਲੇ 'ਚ ਮਾਰ ਕੇ ਕਹਿੰਦੇ ਜੀ ਅੱਤਵਾਦੀ ਹੈ। ਇਹਦਾ ਨੌਜਵਾਨ ਮੁਟਿਆਰ ਕੁੜੀ ਨੂੰ ਲਿਜਾ ਕੇ ਚੱਕ ਕੇ ਥਾਣੇ 'ਚ ਬਲਾਤਕਾਰ ਕਰਕੇ ਕਹਿੰਦੇ ਸੀਗੇ ਇਹ ਤਾਂ ਬਚ ਚੱਲਣਾ, ਇਹਦਾ ਸੰਬੰਧ ਆ ਬੰਦਿਆਂ ਨਾਲ, ਉਹ ਛੱਡੋ। ਹੁਣ ਦੀਆਂ ਦੇਖ ਲਓ ਨਵੀਆਂ ਤਾਜ਼ੀਆਂ ਸੁਣਾ ਦਿੰਦਾ, ਕਿੰਨੀਆਂ ਉਦਾਹਰਣਾਂ ਦੇਵਾਂ ਤੁਹਾਨੂੰ। ਬਰਗਾੜੀ ਕੀ ਹੋਇਆ ਸੀਗਾ, ਜਦੋਂ ਸੰਗਤ ਦੇ ਉੱਤੇ ਗੋਲੀ ਚਲਾਈ, ਦੋ ਜਣੇ ਸ਼ਹੀਦ ਹੋ ਗਏ, ਪੁਲਿਸ ਨੇ ਆਪਦੀ ਜਿਪਸੀ ਸੀ ਜਿਹੜੀ ਨਾ ਜਿਪਸੀ ਸੀਗੀ ਉਹ 'ਚ ਗੋਲੀਆਂ ਮਾਰ ਲਈਆਂ ਵੀ ਸਾਡੇ ਜੀ ਬੈਠੇ ਸਾਡੀ ਜਿਪਸੀ ਦੇ ਵਿੱਚ ਲੋਕਾਂ ਨੇ ਸਾਡੀ ਗੱਡੀ 'ਤੇ ਗੋਲੀਆਂ ਮਾਰੀਆਂ। ਕਿੰਨੀਆਂ ਕਿਸਨਾ ਗਿਆ ਮੇਰੇ ਵਾਲੀ ਘਟਨਾ ਦੇ ਲੋਕ, ਐਸੇ ਭਗਵੰਤ ਮਾਨ ਨੇ ਪਿਛਲੇ 1.5 ਸਾਲ ਪਹਿਲਾਂ ਉਹ ਹਰੀ ਕੇ ਪੱਤਨ ਤਰਨ ਤਾਰਨ ਜ਼ਿਲ੍ਹੇ 'ਚ ਮੇਰੇ ਦੇ ਚਿੱਟੇ ਦਾ ਪਰਚਾ ਦਿੱਤਾ ਸੀ ਕਿ ਲੱਖਾ ਚਿੱਟਾ ਵੇਚਦਾ, ਮੇਰੀਆਂ ਤਾਰਾਂ ਕਿੱਧਰੇ ISI ਨਾਲ ਜੋੜਤੀਆਂ ਸੀਗੀਆਂ, ਕਿੱਧਰੇ ਕੋਈ ਲੰਡਾ ਬੈਠਾ ਬਾਹਰਲੇ ਮੁਲਕ 'ਚ ਗੈਂਟਰ ਉਹਦੇ ਨਾਲ ਜੋੜਤੀਆਂ ਸੀ ਤਾਰ। ਜਿਹੜਾ ਬੰਦਾ ਜ਼ਿੰਦਗੀ 'ਚ ਕਦੇ ਚਿੱਟੇ ਦੇ ਨੇੜੇ, ਜਿਹਨੇ ਚਿੱਟਾ ਦੇਖਿਆ ਨਹੀਂ, ਉਹ ਬੰਦੇ ਨੂੰ ਇਹਨਾਂ ਨੇ ਦਿਖਾਤਾ ਸੀ ਵੀ ਚਿੱਟਾ ਵੇਚਦਾ, ਇਹ ਮੇਰੇ ਨਾਲ ਹੋਇਆ ਪਿਛਲੇ 1.5 ਸਾਲ ਪਹਿਲਾਂ। ਜਮਾਂ ਹੀ ਮਨ ਘੜਤ ਕਹਾਣੀ ਬਣਾਤੀ ਕੋਲੋਂ ਵੀ ਹਾਂ ਜੀ ISI ਨਾਲ ਫਲਾਣਿਆ ਗਰੋਹ ਨਾਲ ਸੰਬੰਧ ਆ ਜੀ, ਉੱਥੋਂ ਐਂ ਪੂਰਾ ਬਣਾਤਾ ਸੀਗਾ ਪਲੰਦਾ, ਅਤੇ ਮੇਰੇ ਪ੍ਰੇਸ਼ਤਾਂ ਨੂੰ ਨਹੀਂ ਪਤਾ ਸੀਗਾ। ਇਹ ਕੋਈ ਨਵੀਂ ਗੱਲ ਥੋੜ੍ਹੀ ਵੀ ਪੁਲਿਸ ਕੀ ਕਰਦੀ ਹੈ, ਜਾਂ ਲੋਕ ਜਾਣਦੇ ਨਹੀਂ ਪੁਲਿਸ ਬਾਰੇ ਵੀ ਪੁਲਿਸ ਕੀ ਕਰ ਸਕਦੀ ਆ ਜਾਂ ਸਰਕਾਰ ਕੀ ਕਰ ਸਕਦੀ ਆ। ਦਰਅਸਲ ਦੇ ਵਿੱਚ ਇਹ ਅੰਮ੍ਰਿਤਪਾਲ ਦੇ ਭਰਾ ਨੂੰ ਨਿਸ਼ਾਨੇ 'ਤੇ ਲਿਆ ਕੇ ਇਹ ਅੰਮ੍ਰਿਤਪਾਲ ਦੇ ਕਿਰਦਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਦੇਖੋ ਲੋਕੋ, ਜਿਹੜਾ ਅੰਮ੍ਰਿਤਪਾਲ ਕਹਿੰਦਾ ਸੀ ਕਿ ਮੈਂ ਚਿੱਟਾ ਛਡਾਤਾ, ਮੈਂ ਹਜ਼ਾਰਾਂ ਨੌਜਵਾਨ ਗੁਰੂ ਦੇ ਲੜ ਲਾ ਤੇ, ਅੰਮ੍ਰਿਤ ਛਕਾ ਤੇ, ਸਿੱਖੀ ਨਾਲ ਜੋੜ ਤੇ, ਨਸ਼ਿਆਂ ਤੋਂ ਪਾਸੇ ਕਰਤੇ, ਦੂਰ ਕਰਤੇ, ਜਿਹੜੇ ਉਹਦੇ ਹਮਾਇਤੀ ਕਹਿੰਦੇ ਆ ਬਈ ਅੰਮ੍ਰਿਤਪਾਲ ਨਸ਼ਾ ਛਡਾਉਂਦਾ ਸੀਗਾ ਉਹ ਚਿੱਟੇ ਤੋਂ ਪਾਸੇ ਕਰਦਾ ਸੀ, ਦੂਰ ਕਰਦਾ ਸੀ, ਆਹ ਦੇਖੋ ਤੁਸੀਂ ਕਿਹੜੇ ਅੰਮ੍ਰਿਤਪਾਲ ਦੀ ਗੱਲ ਕਰਦੇ ਹੋ, ਉਹਦਾ ਭਰਾ ਤਾਂ ਆਪ ਚਿੱਟਾ ਪੀਂਦਾ। ਇਹਨਾਂ ਨੇ 4 ਗ੍ਰਾਮ ਇਸੇ ਕਰਕੇ ਪਾਇਆ ਵੀ ਜੇ ਅਸੀਂ ਹੈਵੀ ਰਿਕਵਰੀ ਪਾਤੀ ਵੀ ਵੇਚਦਾ, ਜੇ ਅਸੀਂ ਇਹ ਬਣਾਤਾ ਵੇਚਦਾ ਹੀ ਬਣਾ ਸਕਦੇ ਸੀ, ਉਹ ਵੱਡਾ ਰੌਲਾ ਪੈਣਾ ਸੀਗਾ, ਲੋਕਾਂ ਨੇ ਸੜਕਾਂ 'ਤੇ ਆਉਣਾ ਸੀਗਾ ਵੀ ਇਹ ਇੰਨਾ ਕੁ ਉਹਦੀ ਢਾਹ ਲਾ, ਉਹਦੀ ਸਾਖ ਨੂੰ, ਉਹਦੀ ਛਵੀ ਨੂੰ, ਵੀ ਲੋਕਾਂ ਨੂੰ ਲੱਗੇ ਵੀ ਦੇਖੋ ਯਾਰ ਇਹ ਤਾਂ ਤੁਸੀਂ ਜਿਹੜੇ ਅੰਮ੍ਰਿਤਪਾਲ ਦੀ ਗੱਲ ਕਰਦੇ ਆ ਉਹ ਤੋਂ ਆਪਦਾ ਭਰਾ ਦਾ ਛਡਾਇਆ ਚਿੱਟਾ ਛਡਾਇਆ ਨਹੀਂ ਗਾ, ਚਿੱਟਾ ਪੀਣ ਤੋਂ ਹਟਾਇਆ ਨਹੀਂ ਗਿਆ, ਤੇ ਲੋਕਾਂ ਦੇ ਜਵਾਕਾਂ ਨੂੰ ਕਿੱਥੋਂ ਚਿੱਟਾ ਛਡਾ ਦੂਗਾ। ਇਸ ਤਰੀਕੇ ਨਾਲ ਇੱਕ ਪੂਰੀ ਸਾਜ ਦੇ ਤਹਿਤ ਇਹ ਸਾਰਾ ਡਰਾਮਾ ਰਚਿਆ ਗਿਆ, ਇਹ ਸਾਰੀ ਕਹਾਣੀ ਘੜੀ ਗਈ ਆ। ਇਹ ਜੀ ਇੱਕ ਡਰਾਮਾ ਰਚਦਾ ਜੀ 10,000 ਰੁਪਈਆ ਜੀ ਉਹਦੇ ਖਾਤੇ 'ਚ ਪਾਤਾ ਜੀ,
ਉਹ ਕੇ ਐਂ ਦੱਸਿਆ ਵੀ ਕੌਣ ਆ, ਉਹਦੇ ਉਹਦੇ ਖਾਤੇ 'ਚ ਪਾਇਆ ਗਿਆ, ਤੁਹਾਨੂੰ ਕੀ ਪਤਾ ਵੀ ਉਹਦੇ ਖਾਤੇ 'ਚ ਉਹਨਾਂ ਨੇ ਚਿੱਟਾ ਲੈਣ ਲਈ ਪਾਇਆ। ਨਾਲੇ ਜੇ ਤੁਸੀਂ ਇੰਨੇ ਬੰਦੇ ਇਹ ਚਿੱਟਾ ਵੇਚਣ ਵਾਲੇ ਜਾਂ ਪੀਣ ਵਾਲੇ ਹੋਣ, ਐਂ ਪਤਾ ਖਾਤਿਆਂ ਥੋੜ੍ਹੀ ਪੈਸੇ ਪਾਉਂਦਾ ਹੁੰਦਾ। ਫਿਰ ਹੋ ਸਕਦਾ ਉਹ ਬੰਦਾ ਵੀ ਪਲਾਂਟ ਕੀਤਾ ਗਿਆ ਹੋਵੇ ਜਿਹੜੇ ਬੰਦੇ ਨੂੰ ਇਹ ਕਹਿੰਦੇ ਵੀ 10,000 ਰੁਪਇਆ ਇਹਨਾਂ ਨੇ, ਨਾਲੇ ਹਾਲਾਂਕਿ ਉਹ ਇਹ ਵੀ ਦੱਸ ਰਹੇ ਨੇ ਵੀ ਜਿਹੜੇ ਖਾਤੇ 'ਚ ਪਾਇਆ ਗਿਆ 10,000 ਰੁਪਇਆ ਉਹ ਇਹਦਾ ਖਾਤਾ ਨਹੀਂ ਹੈ, ਅੰਮ੍ਰਿਤਪਾਲ ਦੇ ਭਰਾ ਦਾ ਖਾਤਾ ਨਹੀਂ ਹੈ। ਸ਼ਰੇਆਮ ਇੱਥੇ ਚਿੱਟਾ ਗੋਲੀਆਂ ਸਿਗਨੇਚਰ ਕੈਪਸੂਲ ਨਾਕਿਆਂ ਦੇ ਉੱਤੋਂ ਦੀ ਲੈ ਕੇ ਲੋਕ ਲੰਘਦੇ ਨਾਕਿਆਂ ਦੇ ਉੱਤੋਂ ਦੀ, ਇਕੱਲੇ ਇਕੱਲੇ ਪਿੰਡ 'ਚ ਵਿਕੀ ਜਾਂਦਾ, ਇਕੱਲੇ ਇਕੱਲੀ ਗਲੀ ਮੋੜ 'ਤੇ ਵਿਕੀ ਜਾਂਦਾ, ਉਸ ਨੂੰ ਦਿਖਦਾ ਨਹੀਂ, ਉਹ ਫੜਿਆ ਨਹੀਂ ਜਾਂਦਾ। ਅੱਛਾ ਚੈਕਿੰਗ ਕਰਦੇ ਫਿਰ ਰਹੇ ਸੀ, ਗੱਡੀ ਦੇਖੀ ਵੀ ਗੱਡੀ 'ਚ ਬੈਠੇ ਪੀ ਜਾਂਦੇ ਆ, ਪੀਣ ਦੀ ਤਿਆਰੀ ਕਰਦੇ ਆ। ਦੇਖੋ ਕਮਾਲ ਦੀ ਗੱਲ ਵੀ ਜੇ ਬੰਦੇ ਨੇ ਚਲੋ ਮੰਨ ਲਿਆ ਪੀਂਦਾ, ਕਹਿੰਦੇ ਜੇ ਬੰਦੇ ਨੇ ਚਲੋ ਲਿਆਂਦਾ ਪੀਣਾ ਹੁੰਦਾ, ਕਿਸੇ ਕੋਈ ਨਹਿਰ ਦੇ ਪਰੜੀ 'ਤੇ ਖੜ੍ਹ ਜਾਂਦੇ ਜਾ ਕੇ, ਕਿਸੇ ਕੋਈ ਖੇਤਾਂ ਵਾਲੀ ਪਹੀ 'ਤੇ ਖੜ੍ਹ ਜਾਂਦੇ, ਕਿਸੇ ਮੋਟਰ 'ਤੇ ਖੜ੍ਹ ਜਾਂਦੇ, ਉਹ ਵੀ ਫਲੌਰ ਸ਼ਹਿਰ 'ਚ ਖੜ੍ਹਨਾ ਸੀ ਆ ਕੇ। ਸੋ ਇਹ ਇਹ ਸਮਝਣ ਦੀ ਪੰਜਾਬ ਦੇ ਲੋਕੋ ਕੋਸ਼ਿਸ਼ ਕਰੋ ਕਿ ਕਿਵੇਂ ਇਹਨਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ। ਪਹਿਲਾਂ ਵੀ ਉਹਦੇ ਖਿਲਾਫ਼ ਇੱਕ ਮਾਹੌਲ ਮੀਡੀਆ ਦੁਆਰਾ, ਪ੍ਰਸ਼ਾਸਨ ਦੁਆਰਾ, ਸਿਆਸੀ ਬੰਦਿਆਂ ਦੁਆਰਾ ਸਿਰਜਣ ਦੀ ਕੋਸ਼ਿਸ਼ ਕੀਤੀ ਗਈ। ਇਹ ਚੋਲਾ ਲਾ ਕੇ ਭੱਜ ਗਿਆ ਜੀ, ਇਹ ਸਿਰੀ ਸਾਫ਼ ਸਿੱਟ ਕੇ ਭੱਜ ਗਿਆ ਜੀ, ਇਹਨੇ ਵਾਲ ਕਟਾ ਤੇ ਜੀ, ਇਹ ਭਗੌੜਾ ਹੋ ਗਿਆ ਜੀ, ਆਹ ਹੋ ਗਿਆ ਜੀ, ਵਾਹ ਹੋ ਗਿਆ ਜੀ, ਉਹਦੇ ਖਿਲਾਫ਼ ਉਦੋਂ ਵੀ ਪੂਰਾ ਮਾਹੌਲ ਸਿਰਜਿਆ ਗਿਆ। ਹੁਣ ਇਹ ਗੱਲ ਇਹ ਭਗਵੰਤ ਮਾਨ ਤੋਂ ਬਰਦਾਸ਼ਤ ਹੀ ਨਹੀਂ ਹੋ ਰਹੀ ਵੀ ਯਾਰ ਇਹ ਬੰਦੇ ਜਿੱਤ ਕਿਵੇਂ ਗਏ, ਇਹ ਬੰਦੇ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਢਾ ਲਾਉਣਗੇ, ਇਹਨਾਂ ਦੇ ਕਿਰਦਾਰ ਨੂੰ ਮਾਰਿਆ ਜਾਵੇ। ਸੋ ਇਸ ਕਰਕੇ ਨਵੀਂ ਗੱਲ ਨਹੀਂ ਹੈ। ਵੀ ਇਸ ਤਰ੍ਹਾਂ ਇਹ ਕਹਾਣੀਆਂ ਜਿਹੜੀ ਪੁਲਿਸ ਜਾਂ ਸਰਕਾਰ ਘੜਦੀ ਆ, ਪਰ ਸਾਡੇ ਲੋਕ ਕਈ ਤਾਂ ਮੈਨੂੰ ਅੱਜ ਫੋਨ ਆਏ ਕਹਿੰਦੇ ਯਾਰ ਬਾਈ ਭੀਨਤਾ ਵੀ ਹੋ ਸਕਦਾ ਯਾਰ, ਹੱਦ ਹੋ ਗਈ ਯਾਰ, ਤੁਸੀਂ ਜਿਹੜੀ ਗੱਲ ਪੁਲਿਸ ਨੇ ਕਹਿਤੀ ਸਰਕਾਰ ਨੇ ਕਹਿਤੀ ਮੰਨ ਲਈ ਯਾਰ। ਇਹ ਤਾਂ ਯਾਰ ਜਦੋਂ 84 ਦੇ ਵਿੱਚ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਅਤੇ ਉਹਨਾਂ ਸਮੇਂ 'ਚ ਦੱਸਦੇ ਆ ਕਹਿੰਦੇ ਦੂਜੇ ਦਿਨ, ਚੌਥੇ ਦਿਨ, ਪੰਜਵੇਂ ਦਿਨ, ਸੱਤਵੇਂ, ਦਸਵੇਂ ਦਿਨ ਲਗਾਤਾਰ ਕਈ ਦਿਨ ਖਬਰਾਂ ਛਪਦੀਆਂ ਰਹੀਆਂ ਅਖਬਾਰਾਂ 'ਚ, ਉਦੋਂ ਅਖਬਾਰ ਆਉਂਦੇ ਸੀਗੇ ਵੀ ਜਿਹੜੇ ਅੰਦਰੋਂ ਜਿੱਥੇ ਸਿੰਘ ਸੀਗੇ ਉਹਨਾਂ ਦੇ ਕਮਰਿਆਂ ਦੇ ਵਿੱਚੋਂ ਇਤਰਾਜ਼ਯੋਗ ਬੀਬੀਆਂ ਦੇ ਕੱਪੜੇ ਮਿਲੇ ਨੇ, ਕੋਈ ਇਤਰਾਜ਼ਯੋਗ ਹੋਰ ਸਮਾਨ ਮਿਲਿਆ। ਇਹ ਕੋਈ ਅੱਜ ਦੀ ਗੱਲ ਹੈ ਯਾਰ, ਇਹ ਤਾਂ ਬੜੇ ਲੰਮੇ ਸਮੇਂ ਤੋਂ ਕਿਰਦਾਰਾਂ ਨੂੰ ਮਾਰਨ ਦੇ ਲਈ ਜਿਹੜੇ ਬੰਦੇ ਇਹਨਾਂ ਕੋਲੋਂ ਨਹੀਂ ਕਾਬੂ ਆਉਂਦੇ, ਜਿਹੜੇ ਬੰਦੇ ਆਪਣੀ ਜਾਨ 'ਤੇ ਖੇਡ ਕੇ ਵੀ ਆਪਣਾ ਆਪਣਾ ਫਰਜ਼ ਨਿਭਾ ਜਾਂਦੇ ਆ ਜਾਂ ਆਪਣੇ ਕੌਲ ਵਚਨ ਨਿਭਾ ਜਾਂਦੇ ਆ, ਉਹਨਾਂ ਦੇ ਫਿਰ ਕਿਰਦਾਰ ਨੂੰ ਮਾਰਦੇ ਨੇ ਬਾਈ। ਇਸ ਕਰਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹ ਮਾਹੌਲ, ਇਹ ਵਰਤਾਂਤ ਸਿਰਜਿਆ ਕਿਵੇਂ ਜਾ ਰਿਹਾ। ਇੱਥੇ ਆਪਾਂ ਦੇਖ ਲਓ, ਦੂਜੇ ਪਾਸੇ ਦੇਖ ਲਓ, ਉਹ ਭਾਈ ਤਜਿੰਦਰਪਾਲ ਸਿੰਘ ਟਿੰਮਾ ਰਾਜਸਥਾਨ ਤੋਂ ਆਲੇ ਨਵੇਂ ਕਾਨੂੰਨ ਲੈ ਕੇ ਹੁਣੇ ਆਏ ਆ, ਇਹ ਕਹਿੰਦਾ ਜੀ ਅਸੀਂ ਬਸਤੀਵਾਦੀ ਕਾਨੂੰਨ ਜਿਹੜੇ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਬਣਾਏ ਸੀ ਉਹ ਖਤਮ ਕਰਕੇ IPC ਦੀਆਂ ਧਰਾਵਾਂ 'ਚ ਬਦਲਾਅ ਕਰਤਾ। ਅਸਲ ਦੇ ਵਿੱਚ ਉਹ ਉਸ ਬਦਲਾਅ ਦੀ ਆੜ ਦੇ ਵਿੱਚ ਇੰਨਾ ਖਤਰਨਾਕ ਕੰਮ ਕਰਤਾ, ਪੁਲਿਸ ਨੂੰ ਇੰਨੀਆਂ ਤਾਕਤਾਂ ਦੇ ਦਿੱਤੀਆਂ ਵੀ 25 ਤੋਂ 40 ਦਿਨ ਜਿਹੜੇ ਮਰਜ਼ੀ ਬੰਦੇ ਨੂੰ ਫੜ ਕੇ ਰੱਖ ਲਓ,
ਉਸੇ ਨਵੇਂ ਕਾਨੂੰਨ ਦੇ ਤਹਿਤ ਇਹਨਾਂ ਨੇ ਜਿਹੜਾ ਟਿੰਮੇ ਦੇ ਉੱਤੇ ਦੇਸ਼ ਧਰੋਹੀ ਦਾ ਪਰਚਾ ਦਿੱਤਾ। ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਜਿਹੜੇ ਬੰਦੇ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਆ, ਜਿਹੜੇ ਬੰਦੇ ਕੋਈ ਸੰਘਰਸ਼ ਦੀ ਗੱਲ ਕਰਦੇ ਆ ਕਿਸਾਨਾਂ ਲਈ, ਮਜ਼ਦੂਰਾਂ ਲਈ, ਕੋਈ ਹੋਰ ਸੰਘਰਸ਼ਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਕਿਵੇਂ ਨਿਸ਼ਾਨਾ ਬਣਾਉਣਾ, ਉਹਨਾਂ ਨੂੰ ਕਿਵੇਂ ਦੱਬਣਾ, ਸੰਘਰਸ਼ਾਂ ਨੂੰ ਕਿਵੇਂ ਫੇਲ ਕਰਨਾ, ਇਹ ਅਸਲ ਦੇ ਵਿੱਚ ਉਹਦੇ ਲਈ ਇਹ ਕਾਨੂੰਨ ਲਿਆਂਦੇ ਗਏ ਆ। ਇਹ ਜਿਹੜੀ ਬਸਤੀਵਾਦੀ ਕਾਨੂੰਨ ਦੀ ਗੱਲ ਕਰਦੇ ਆ ਜਾਂ ਇਹ ਜਿਹੜੇ ਕਾਨੂੰਨ ਹੁਣ ਆਪਾਂ ਕਹਿੰਦੇ ਹਾਂ UAPA, NSA, ਮਕੋਕਾ, ਟਾਡਾ, ਪੋਟਾ, ਕੋਕਾ, ਪਤਾ ਨਹੀਂ ਕਿੰਨੇ ਕਮੀਸਾ, ਕਿੰਨੇ ਉਸ ਤਰ੍ਹਾਂ ਦੇ ਜਿਹੜੇ ਕਾਲੇ ਕਾਨੂੰਨ ਸੀ, ਉਦੋਂ ਵੀ ਖਤਰਨਾਕ ਕਾਨੂੰਨ ਨੇ ਜੋ ਲੈ ਕੇ ਆ ਰਹੇ ਨੇ। ਸਾਨੂੰ ਸਮਝਣ ਦੀ ਲੋੜ ਆ, ਅਸੀਂ ਹਰ ਮੁੱਦੇ ਨੂੰ ਸਮਝ ਕੇ, ਸੋਚ ਕੇ, ਵਿਚਾਰ ਕੇ, ਇਕੱਠੇ ਹੋ ਕੇ ਬੋਲ ਗਏ ਵੀ ਜੋ ਆ ਸਾਰੀ ਗੱਲਬਾਤ ਭਾਈ ਅੰਮ੍ਰਿਤਪਾਲ ਲਈ ਘਟਨਾ ਵਾਪਰੀ ਆ, ਅੰਮ੍ਰਿਤਪਾਲ ਦੇ ਭਰਾ ਲਈ ਕਿਵੇਂ ਸਾਰੇ, ਇਹ ਸਾਰਾ ਨਿਸ਼ਾਨਾ ਅੰਮ੍ਰਿਤਪਾਲ ਨੂੰ ਹੀ ਬਣਾਇਆ ਗਿਆ। ਨੈਸ਼ਨਲ ਮੀਡੀਆ 'ਤੇ ਲਗਾਤਾਰ ਇਹਦੇ ਡਿਬੇਟਾਂ ਚੱਲ ਪਈਆਂ, ਇਹਦੇ ਬੈਠੇ ਬੰਦੇ ਨੈਸ਼ਨਲ ਮੀਡੀਆ ਦੇ ਉੱਤੇ ਬੋਲ ਰਹੇ ਨੇ, ਪੂਰੇ ਭਾਰਤ 'ਚ ਪ੍ਰਚਾਰਿਆ ਜਾ ਰਿਹਾ, ਭੰਡੀ ਪ੍ਰਚਾਰ ਕੀਤਾ ਜਾ ਰਿਹਾ। ਦੇਖੋ ਜੀ, ਇਹ ਐਂ ਨਹੀਂ ਪਤਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਹਿ ਦਿੰਦੇ ਜੀ ਦੇਖੋ ਇਹ ਤਾਂ ਜੀ ਨਹਾ ਤਸਕਰਾਂ ਨਾਲ ਸੰਬੰਧ ਸੀ ਜੀ, ਇਹ ਤਾਂ ਜੀ ਪਾਕਿਸਤਾਨ ਨਾਲ ਸੰਬੰਧ ਸੀ ਜੀ, ਇਹ ਤਾਂ ਜੀ ਫਲਾਣੇ ਕਿਸੇ ਮੁਲਕ ਨਾਲ ਸੰਬੰਧ ਸੀ, ਇਹ ਤਾਂ ਜੀ ਉੱਥੋਂ ਨਹਾ ਤਸਕਰਾਂ ਨਾਲ ਸਾਰਾ ਰਲਿਆ ਮਿਲਿਆ ਸੀਗਾ ਜੀ ਕੰਮ, ਇਹ ਗੈਂਗਸਟਰਾਂ ਨਾਲ ਵੀ ਮਿਲੇ ਹੋਏ ਸੀ ਜੀ, ਇਹ ਫਲਾਣਿਆਂ ਨਾਲ ਵੀ ਮਿਲੇ ਹੋਏ, ਐਂ ਸਾਰੀ ਕਹਾਣੀ ਆਉਣ ਵਾਲੇ ਦਿਨਾਂ 'ਚ ਪਤਾ ਨਹੀਂ ਇਹ ਕਹਾਣੀ ਨੂੰ ਕਿੱਧਰ ਨੂੰ ਲਿਜਾਣਗੇ, ਇਹ ਕੋਈ ਪਤਾ ਨਹੀਂ। ਸੋ ਇਸ ਲਈ ਬੇਨਤੀ ਆ ਕਿ ਸਾਰੇ ਇਕੱਠੇ ਹੋ ਕੇ ਆਪਾਂ ਨੂੰ ਬੋਲਣ ਦੀ ਲੋੜ ਆ। ਦੂਜੀ ਗੱਲ, ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਇਹ ਜਿਹੜੇ ਮਸਲੇ ਦੀ ਜਾਂਚ ਹੈ ਕਿਸੇ ਰਿਟਾਇਰਡ ਜੱਜ ਕੋਲੋਂ, ਇਮਾਨਦਾਰ ਕੋਲੋਂ ਕਰਾਈ ਜਾਣੀ ਚਾਹੀਦੀ ਹੈ ਕਿ ਪੂਰਾ ਮਸਲਾ ਹੈ ਕੀ ਆ। ਪਰ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ 100 ਨਹੀਂ 200% ਕਹਿ ਸਕਦਾ ਕਿ ਸਾਰਾ ਇਹ ਚਿੱਕੜ ਸਿੱਟਣ ਲਈ ਅੰਮ੍ਰਿਤਪਾਲ ਦੇ ਉੱਤੇ, ਉਹਦੇ ਕਿਰਦਾਰ ਨੂੰ ਦਾਗੀ ਕਰਨ ਦੀ ਖਾਤਰ, ਵੀ ਉਹ ਬੰਦਾ ਦੇਖੋ ਅੱਜ ਇੰਨੇ ਲੋਕ, ਲੱਖਾਂ ਲੋਕ ਦੇ ਨਾਲ ਖੜ ਕੇ ਆ ਕੇ ਉਹਨਾਂ ਲੱਖਾਂ ਲੋਕਾਂ ਨੂੰ ਪਿੱਛੇ ਕਿਵੇਂ ਕਰਨਾ, ਉਹਦੇ ਕਿਰਦਾਰ ਨੂੰ ਦਾਗੀ ਕਰਕੇ ਕੀਤਾ ਜਾ ਸਕਦਾ। ਸੋ ਇਹ ਕੋਈ ਨਵੀਂ ਗੱਲ ਨਹੀਂ ਹੈ, ਪੰਜਾਬ ਦੇ ਲੋਕ ਕਹਾਣੀ ਨੂੰ ਸਮਝਿਆ ਕਰੋ ਕਿ ਕਿਵੇਂ ਸਾਰੀਆਂ ਕਹਾਣੀਆਂ ਕਿਵੇਂ ਮੈਡੀਕਲ ਹੋ ਜਾਂਦੇ ਨੇ, ਕਿਵੇਂ ਇੱਥੇ ਡਰਾਮੇ ਰਚੇ ਜਾਂਦੇ ਨੇ, ਕਿਵੇਂ ਮੀਡੀਆ ਖਰੀਦਿਆ ਜਾਂਦਾ, ਕਿਵੇਂ ਡਾਕਟਰਾਂ ਨਾਲ ਗੱਲਾਂ ਵਾ। ਹੁਣ ਡਾਕਟਰ ਕਿਹਦੇ ਆ? ਉਹ ਵੀ ਸਰਕਾਰਾਂ ਦੀ ਹੈ, ਉਹ ਸਰਕਾਰ ਤੋਂ ਬਾਹਰ ਹੋ ਸਕਦੇ ਆ? ਇਹ ਜਿਉਂਦੇ ਨੂੰ ਮੁਰਦਾ ਬਣਾ ਸਕਦੇ ਆ ਭਰਾਵੋ, ਅਤੇ ਮਰੇ ਨੂੰ ਇਹ ਜਿਉਂਦਾ ਕਰ ਸਕਦੇ ਆ, ਇਹ ਕੋਈ ਇਹਨਾਂ ਲਈ ਨਵੀਂ ਗੱਲ ਨਹੀਂ ਹੈਗੀ। ਸੋ ਆਓ ਮੇਰਾ ਵੀਰ, ਆਪਾਂ ਜਦੋਂ ਵੀ ਕੋਈ ਇਹੋ ਜਿਹਾ, ਮੈਂ ਇਸ ਗੱਲ ਦੇ ਉੱਤੇ ਤਾਂ ਖਾਸ ਤੌਰ 'ਤੇ ਤੁਹਾਡੇ ਸਾਹਮਣੇ ਰੂਬਰੂ ਹੋਇਆ, ਮੈਂ ਆਇਆ ਕਿਉਂਕਿ ਕਈ ਸੱਜਣਾਂ ਦੇ ਮੈਨੂੰ ਫੋਨ ਆਏ ਆ, ਉਹਨਾਂ ਦੇ ਮਨ 'ਚ ਇਹ ਸ਼ੰਕਾ ਸੀਗੀ ਵੀ ਯਾਰ ਹੋ ਸਕਦਾ ਪੀਂਦਾ ਹੋਵੇ, ਯਾਰ ਹੋ ਸਕਦਾ ਸੱਚੀ ਹੋਵੇ ਗੱਲ। ਸੋ ਉਹਨਾਂ ਦੀ ਵੀ, ਅਤੇ ਮੈਂ ਆਮ ਲੋਕਾਂ ਲਈ ਵੀ, ਜਿਹੜੇ ਦਿਲ ਦੇ ਵਿੱਚ ਕਈ ਵਾਰੀ ਨਾ ਅਸੀਂ ਕੋਈ ਵੀ ਖਬਰ ਆਉਂਦੀ ਹੈ ਉਹਨੂੰ ਅਸੀਂ ਆਪਣੇ ਦਿਮਾਗ ਨਾਲ ਸੋਚਣ ਦੀ ਬਜਾਏ ਵੀ ਰਹੇ, ਜਾਂ ਉਸ ਗੱਲ ਦੇ ਪਿੱਛੇ ਜਾਣ ਦੀ ਬਜਾਏ, ਪਿਛੋਕੜ 'ਚ ਜਾਣ ਦੀ ਬਜਾਏ, ਜਾਂ ਪਹਿਲਾਂ ਦੀਆਂ ਸਾਰੀਆਂ ਕਹਾਣੀਆਂ ਸਟੇਟ ਦੀਆਂ, ਸਰਕਾਰ ਦੀਆਂ, ਪੁਲਿਸ ਦੀਆਂ ਦੇਖਣ ਦੀ ਬਜਾਏ ਅਸੀਂ ਯਕਦਮ ਕਈ ਵਾਰੀ ਰਾਇ ਬਣਾ ਲੈਂਦੇ ਹਾਂ ਵੀ ਨਹੀਂ ਯਾਰ, ਅੱਛਾ ਐਂ ਵੀ ਹੋ ਸਕਦਾ ਹੈ, ਅੱਛਾ ਉਹ ਤਾਂ ਬਹੁਤ ਕੁਛ ਕਹਿੰਦੇ ਨੇ ਬਾਈ, ਬੜਾ ਕੁਛ ਕਿਹਾ ਗਿਆ, ਬੜੇ ਕਿਰਦਾਰ
ਕੁਛੀਆਂ ਕੀਤੀਆਂ ਗਈਆਂ, ਬੜੇ ਕਰਦਾਰਾਂ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਹੋਈਆਂ, ਦੋ ਬਹੁਤ ਹੋਰ ਬੰਦਿਆਂ ਦੀਆਂ ਵੀ। ਇਸ ਕਰਕੇ ਇਹ ਗੱਲ ਨੂੰ ਸਮਝਣ ਦਾ ਯਤਨ ਕਰੀਏ ਅਤੇ ਅਸੀਂ ਮੰਗ ਜ਼ਰੂਰ ਇਹ ਕਰੀਏ ਕਿ ਇਹਦੀ ਜਿਹੜੀ ਜਾਂਚ ਹੈ ਉਹ ਕਿਸੇ ਰਿਟਾਇਰਡ ਇਮਾਨਦਾਰ ਜੱਜ ਕੋਲੋਂ ਹੋਣੀ ਚਾਹੀਦੀ ਹੈ। ਅਤੇ ਅਸੀਂ ਕੋਈ ਤਾਂ ਮੈਂ ਫਿਰ ਬੇਨਤੀ ਕਰਦਾ ਵੀ ਬਹੁਤ ਛੇਤੀ ਅਸੀਂ ਕਿਸੇ ਦੇ ਘੜੇ ਹੋਏ ਵਰਤਾਂਤ, ਕਿਸੇ ਦੇ ਸਿਰਜੇ ਹੋਏ ਮਾਹੌਲ 'ਚ ਮਿੰਟ ਲੱਗਦਾ ਉਹਦੀ ਆ ਜਾਂਦੇ ਹਾਂ। ਜਦੋਂ ਲਗਾਤਾਰ ਉਹ ਕਹਿੰਦਾ ਨਾ ਜਿਵੇਂ ਵੀ ਇੱਕ ਝੂਠ ਨੂੰ ਤੁਸੀਂ 100 ਵਾਰੀ ਲਗਾਤਾਰ ਬੋਲੀ ਜਾਓ ਤਾਂ ਲੋਕਾਂ ਨੂੰ ਸੱਚ ਲੱਗਣ ਲੱਗ ਜਾਂਦਾ। ਇਹਨਾਂ ਕੋਲ ਤਾਂ 100 ਵਾਰੀ ਛੱਡੋ, ਮੈਂ ਕਹਿੰਦਾ 1000-2000 ਵਾਰੀ ਬੋਲਣ ਖਾਤਰ ਇਹਨਾਂ ਦਾ ਜਿਹੜਾ ਗੋਦੀ ਕੌਲੀ ਝੱਟ ਮੀਡੀਆ ਬੈਠਾ ਹੀ ਆ ਤਿਆਰ। ਇੱਕ ਪਾਸੇ ਫੋਟੋ, ਹੁਣ ਤੁਸੀਂ ਦੇਖੋ ਨਾ ਸ਼ਰਾਰਤ ਦੇਖੋ, ਇੱਕ ਪਾਸੇ ਫੋਟੋ ਅਮਰਿਤਪਾਲ ਦੀ ਲਾਈ ਹੈ, ਇੱਕ ਪਾਸੇ ਉਹਦੇ ਭਰਾ ਦੀ ਲਾਈ ਹੈ। ਮੋਢਾ ਉਹਦਾ ਨਿਸ਼ਾਨਾ ਉਹ ਹੈ, ਮੀਡੀਆ 'ਤੇ ਚੱਲ ਰਿਹਾ। ਸੋ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬੀਓ, ਤੁਹਾਡੇ ਨਾਲ ਹੋ ਕੀ ਰਿਹਾ, ਤੁਹਾਡੇ ਜਿਹੜੇ ਅਸਲ ਦੇ ਵਿੱਚ ਤੁਹਾਡੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਸੁਣ ਕੇ ਆਪਣੇ ਜੀਵਨ ਦੇ ਵਿੱਚ ਚੰਗਾ ਕੁਛ ਲਿਆ ਸਕਦੇ ਹਾਂ, ਉਹਨਾਂ ਬੰਦਿਆਂ ਨੂੰ ਕਿਵੇਂ ਇਹ ਢਾਹ ਲਾ ਰਹੇ ਨੇ, ਕਿਵੇਂ ਉਹਨਾਂ ਬੰਦਿਆਂ ਦੇ ਕਿਰਦਾਰ ਖੁਸ਼ੀ ਕਰਕੇ ਉਹਨਾਂ ਨੂੰ ਤੁਹਾਡੇ ਦਿਲਾਂ ਦੇ ਵਿੱਚੋਂ ਉਹਨਾਂ ਪ੍ਰਤੀ ਜਿਹੜੀ ਉਹਨਾਂ ਦਾ ਮਾਣ ਸਨਮਾਨ ਇੱਜ਼ਤ ਉਹਨੂੰ ਘਟਾਇਆ ਜਾ ਰਿਹਾ ਜਾਂ ਨਫ਼ਰਤ ਉਹਨਾਂ ਪ੍ਰਤੀ ਕਿਵੇਂ ਪੈਦਾ ਕਰਨੀ ਹੈ ਲੋਕਾਂ ਦੇ ਮਨਾਂ 'ਚ, ਇਹ ਸਾਰਾ ਵਰਤਾਂਤ ਉਹ ਸਿਰਜ ਰਹੇ ਨੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।